ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼, ਕਣਕ ਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ ਤੇ ਹਰ ਕਿਸਾਨ ਮੌਸਮ ਨੂੰ ਲੈ ਕੇ ਬੜਾ ਚਿੰਤਤ ਹੈ ਤੇ ਸਾਹ ਸੁੱਕੇ ਹੋਏ ਨੇ। ਹਰ ਕਿਸਾਨ ਦੇ ਮਨ ਵਿੱਚ ਇਹ ਹੈ ਕਿ ਮੀਂਹ ਆਉਣ ਦੇ ਖਿਆਲ ਚੱਲਦੇ ਆ ਰਹੇ ਨੇ ਤੇ ਅੱਜ ਕਿਸਾਨ ਵੀਰਾਂ ਨੂੰ ਅਸੀਂ ਇੱਕ ਬਹੁਤ ਖਾਸ ਜਾਣਕਾਰੀ ਦੇਣ ਜਾ ਰਹੇ ਹਾਂ। ਪੰਜਾਬ ਦੇ ਕੁਝ ਇਲਾਕਿਆਂ ਵਿੱਚ 3-5 ਜਨਵਰੀ ਦੌਰਾਨ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ, 10 ਤੋਂ ਬਾਅਦ ਫਿਰ ਤਾਪਮਾਨ ਹੇਠਾਂ ਡਿੱਗੇਗਾ। ਕੜਾਕੇ ਦੀ ਧੁੱਪ ਨਿਕਲਣ ਨਾਲ ਸੀਤ ਲਹਿਰ ਨੂੰ ਠੱਲ ਪਵੇਗੀ, ਤਾਪਮਾਨ ਵਿੱਚ ਵੀ ਬਦਲਾਵ ਹੋਣਗੇ, ਪਰ ਇਹ ਹਾਲਾਤ ਜ਼ਿਆਦਾ ਸਮੇਂ ਤੱਕ ਨਹੀਂ ਰਹਿਣਗੇ। ਠੰਡ ਫਿਰ ਤੋਂ ਵੱਧ ਸਕਦੀ ਹੈ, ਸੰਘਣੀ ਧੁੰਦ ਪੈਣ ਦੇ ਆਸਾਰ ਹੈ। ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਵਿੱਚ 6 ਤਰੀਕ ਨੂੰ ਬਾਰਿਸ਼ ਪੈਣ ਦੀ ਸੰਭਾਵਨਾ ਦੱਸੀ ਗਈ ਹੈ। 6 ਜਨਵਰੀ ਨੂੰ ਲਗਭਗ 50% ਅਤੇ 50 ਤੋਂ ਉੱਪਰ ਦੇ ਇਲਾਕਿਆਂ ਵਿੱਚ ਬਾਰਿਸ਼ ਹੋਣ ਦੇ ਆਸਾਰ ਦੱਸੇ ਜਾ ਰਹੇ ਨੇ। ਉੱਤਰਾਖੰਡ ਵਿੱਚ ਵੀ ਬਾਰਿਸ਼ ਹੋ ਸਕਦੀ ਹੈ, ਉੱਚੀਆਂ ਪਹਾੜੀਆਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਰਾਜਸਥਾਨ ਦੇ ਵਿੱਚ ਸ਼ੀਤ ਲਹਿਰ ਚੱਲੇਗੀ, ਜਿਸ ਨਾਲ ਚਾਰ ਤੋਂ ਸੁਧਾਰ ਹੋਵੇਗਾ ਅਤੇ 5 ਨੂੰ ਮੌਸਮ ਠੀਕ ਰਹੇਗਾ, ਪਰ 6 ਤਰੀਕ ਨੂੰ ਮੀਂਹ ਦੇ ਨਾਲ ਗੜੇ ਪੈ ਸਕਦੇ ਨੇ। ਹਰਿਆਣਾ ਵਿੱਚ ਤਾਪਮਾਨ 1.3 ਡਿਗਰੀ ਆ ਗਿਆ ਅਤੇ ਪੰਜਾਬ ਵਿੱਚ ਫਰੀਦਕੋਟ ਸਭ ਤੋਂ ਠੰਡਾ ਰਿਹਾ, ਜਿਸ ਦਾ ਤਾਪਮਾਨ 2 ਡਿਗਰੀ ਸੀ। ਲਗਭਗ ਸਾਰੇ ਇਲਾਕਿਆਂ ਵਿੱਚ ਮੌਸਮ ਦਾ ਸੁਧਾਰ ਹੋ ਗਿਆ। ਚੰਡੀਗੜ੍ਹ, ਫਰੀਦਕੋਟ, ਪਠਾਨਕੋਟ, ਅੰਮ੍ਰਿਤਸਰ, ਮੋਗਾ, ਮੁਕਤਸਰ, ਗੁਰਦਾਸਪੁਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਬਠਿੰਡਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਹੋਰ ਇਲਾਕਿਆਂ ਵਿੱਚ ਵੀ ਹਲਕੀ ਬਾਰਿਸ਼ ਹੋਣ ਦੇ ਆਸਾਰ ਦੱਸੇ ਜਾ ਰਹੇ ਦੇ ਨਾਲ ਹੀ ਹੋਰ ਇਲਾਕਿਆਂ ਵਿੱਚ ਜਿਵੇਂ ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ ਦੇ ਵਿੱਚ 25% ਬਾਰਿਸ਼ ਹੋਣ ਦੇ ਆਸਾਰ ਅਤੇ ਇੱਥੇ 5-7 ਜਨਵਰੀ ਵਿੱਚ ਵੀ ਬਾਰਿਸ਼ ਆ ਸਕਦੀ ਹੈ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੇ, ਸੁਣਨੇ, ਪੜ੍ਹਨੇ ਤਾਂ ਬਣੇ ਰਹੋ ਆਜ਼ਨਿਊਜ਼ਵਾਲਾ.com ਦੇ ਨਾਲ।